ਫਿਰੋਜ਼ਪੁਰ ਦੇ ਕਸਬਾ ਮੱਖੂ ਦੇ ਰਹਿਣ ਵਾਲੇ ਭੀਮ ਠਕਰਾਲ ਨਾਮੀ ਸ਼ਖਸ ਦੇ ਘਰ ਐਸਟੀਐਫ ਤੇ ਡਰੱਗ ਕੰਟਰੋਲ ਅਫਸਰਾਂ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ, ਜਿਸ ਦੌਰਾਨ ਅਧਿਕਾਰੀਆਂ ਨੇ ਵੱਡੀ ਮਾਤਰਾ ਦੇ ਵਿੱਚ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਨੇ, ਜਿਨ੍ਹਾਂ ਦੀ ਕੀਮਤ ਕਰੀਬ 2,76,00,000 ਰੁਪਏ ਦੱਸੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮ ਭੀਮ ਠਕਰਾਲ ਟਰਾਂਸਪੋਰਟ ਦੇ ਕੰਮ ਦੀ ਆੜ ਵਿੱਚ ਨਸ਼ਾ ਸਪਲਾਈ ਦਾ ਕੰਮ ਕਰ ਰਿਹਾ ਸੀ, ਕਿਉਂਕਿ ਉਸ ਕੋਲ ਕਿਸੇ ਵੀ ਤਰ੍ਹਾਂ ਦਾ ਲਾਇਸੈਂਸ ਨਹੀਂ ਸੀ। ਅਧਿਕਾਰੀਆਂ ਨੇ ਮੁਲਜ਼ਮ ਭੀਮ ਠਕਰਾਲ ਨੂੰ ਗ੍ਰਿਫਤਾਰ ਕਰ ਲਿਆ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿਸ ਇਨਫੋਰਮੇਸ਼ਨ ਦੇ ਆਧਾਰ ਤੇ ਜਿਹੜੀ ਸਾਡੀ ਕੱਲ DSP ਸਾਹਿਬ ਸਾਡੇ ਰਕੇਸ਼ ਕੁਮਾਰ ਜੀ ਤੇ ਨਾਲ ਉਹਨਾਂ ਦੀ ਟੀਮ, ਇਹਨਾਂ ਵੱਲੋਂ ਮੱਖੂ ਸਿਟੀ ਦੇ ਵਿੱਚ ਰੇਲਵੇ ਰੋਡ ਦੇ ਉੱਪਰ ਇੱਕ ਸਟੋਰ ਦੇ ਉੱਪਰ ਤੇ ਕਿਤੇ ਘਰ ਦੇ ਉੱਤੇ ਰੇਡ ਕੀਤੀ ਗਈ। ਸੋ ਇਹਦੇ ਨਾਲ ਅਸੀਂ ਜਿਹੜੀ ਇਨਫੋਰਮੇਸ਼ਨ ਸਾਨੂੰ ਕਿ ਇਹ ਜਿਹੜਾ ਭੀਮ ਠਕੁਰਾਲ ਜਿਹੜਾ ਅਕਿਊਜ਼ ਅਸੀਂ ਫੜਿਆ, ਇਹਦੇ ਵਿਦਆਊਟ ਲਾਇਸੈਂਸ ਭਾਰੀ ਮਾਤਰਾ ਵਿੱਚ ਨਸ਼ੀਲੀ ਡਰੱਗ ਅਤੇ ਨਾਲ ਜਿਹੜੀ ਆ ਮੈਡੀਸਿਨਸ ਜਿਹੜੀਆਂ ਇਹ ਵਿਦਆਊਟ ਲਾਇਸੈਂਸ ਰੱਖ ਨਹੀਂ ਸਕਦਾ, ਉਹ ਇਹਨਾਂ ਨੇ ਭਾਰੀ ਮਾਤਰਾ 'ਚ ਸਟੋਰ ਕੀਤੀਆਂ ਨੇ। ਸੋ ਸਾਡੀ ਟੀਮ ਜਿਹੜੀ ਇੱਥੇ ਕੱਲ੍ਹ ਅਸੀਂ ਇੱਥੇ ਰੇਡ ਕੀਤੀ ਸੀ, ਸਾਡੇ ਨਾਲ ਡਰੱਗ ਕੰਟਰੋਲਰ ਅਫਿਸਰ ਵੀ ਨਾਲ ਸੀ। ਸੋ ਇਹਦੇ ਵਿੱਚ ਜਿਹੜਾ ਦਾ ਸਟੋਰ ਹੈ ਅਤੇ ਘਰ ਆ, ਇਹ ਦੋਨਾਂ ਜਗ੍ਹਾ ਦੇ ਉੱਤੋਂ ਸਾਨੂੰ ਜਿਹੜੀ ਆ ਭਾਰੀ ਮਾਤਰਾ ਵਿੱਚ ਜਿਹੜੀ ਮੈਡੀਸਿਨ ਜਿਹੜੀ ਐਲੋਪੈਥੀ ਦੀ ਮੈਡੀਸਿਨ ਮਿਲੀ ਆ, ਉਹਦੇ ਵਿੱਚ ਪ੍ਰੈਗਾਬਲਿਨ ਨਾਂ ਦੇ ਜਿਹੜੇ ਕੈਪਸੂਲਸ ਨੇ ਉਹ ਜਿਹੜੇ ਉਹ ਰਿਕਵਰ ਹੋਏ ਨੇ। ਜਿਹੜੀ ਉਹਨਾਂ ਦਾ ਟੋਟਲ ਕਾਊਂਟ ਹੈ ਲਗਭਗ 9.36 ਲੱਖ ਜਿਹੜਾ ਦੀ ਟੋਟਲ ਗਿਣਤੀ ਹੈ, ਅਤੇ ਜਿਹੜੀ ਇਹਦੀ ਅਪਰੋਕਸੀਮੇਟ ਵੈਲਿਊ ਹੈਗੀ ਆ ਜੋ ਇਹਦੇ ਉੱਤੇ ਸਟ੍ਰਿਪ ਦੇ ਉੱਤੇ ਪ੍ਰਾਈਜ਼ ਹੈ ਉਹ 2.76 ਕਰੋੜ ਰੁਪਏ ਦੀ ਟੋਟਲ ਜਿਹੜੀ ਇਹਦੀ ਵੈਲਿਊ ਹੈ। ਨਾਲ ਹੀ ਜਿਹੜਾ ਇਹਦੇ ਕੋਲੋਂ ਸਾਨੂੰ ਟਰਾਮਾਡੋਲਸ ਦੇ ਜਿਹੜੇ NDPS ਐਕਟ ਅੰਡਰ ਜਿਹੜੇ ਇਹ ਆਉਂਦੇ ਨੇ ਡਰੱਗ ਆਉਂਦੀ ਆ, ਉਹ ਵੀ ਇਹਦੇ ਕੋਲੋਂ ਲਗਭਗ 1500 ਕੈਪਸੂਲ ਜਿਹੜੇ ਆ ਟੈਬਲੇਟਸ ਜਿਹੜੀਆਂ ਉਹ ਮਿਲੀਆਂ ਨੇ। ਸੋ ਅਸੀਂ ਇਹਦੇ ਵਿੱਚ ਦੋ ਕਾਰਵਾਈਆਂ ਹੋਈਆਂ ਨੇ, ਇਹਦੇ ਵਿੱਚ ਡਰੱਗ ਕੰਟਰੋਲਰ ਆਫਿਸਰਸ ਦੇ ਵੱਲੋਂ ਡਰੱਗ ਐਂਡ ਕੋਸਮੈਟਿਕ ਐਕਟ ਦੇ ਤਹਿਤ ਇਹ ਸਾਰੀਆਂ ਦਵਾਈਆਂ ਨੂੰ ਜਿਹੜੀਆਂ ਪ੍ਰੈਗਾਬਲਿਨ ਗੋਲੀਆਂ ਨੇ ਜਿਹੜੀਆਂ ਕਿ ਹੈਬਿਟ ਫਾਰਮਿੰਗ ਡਰੱਗਸ ਨੇ, ਅਤੇ ਇਸ ਏਰੀਏ ਦੇ ਵਿੱਚ ਜਿਹੜੇ ਆ ਯੂਥ ਹੈ ਇਹ ਇਸ ਡਰੱਗ ਨੂੰ ਕਾਫੀ ਜ਼ਿਆਦਾ ਲੈ ਰਿਹਾ ਸੀ, ਅਤੇ ਇਹ ਮੇਨ ਸਪਲਾਇਰ ਵੀ ਸੀ ਬੰਦਾ। ਇਹ ਪ੍ਰੈਗਾਬਲਿਨ ਦੀ ਸਾਰੀ ਡਰੱਗਸ ਨੂੰ ਜਿਹੜਾ ਉਹ ਡਰੱਗ ਇੰਸਪੈਕਟਰ ਸਾਹਿਬ ਦੇ ਵੱਲੋਂ ਆਪਣੇ ਕਬਜ਼ੇ ਵਿੱਚ ਲੈ ਕੇ ਸੈਪਰੇਟ ਜਿਹੜੀ ਕਾਰਵਾਈ ਕੀਤੀ ਗਈ ਹੈ। ਅਤੇ ਟਰਾਮਾਡੋਲ ਜਿਹੜੀ ਡਰੱਗ ਹੈ ਉਹਦੇ ਤਹਿਤ ਅਸੀਂ STF ਨੇ FIR ਨੰਬਰ 86/11/6/24 NDPS ਐਕਟ ਤਹਿਤ ਅਸੀਂ ਜਿਹੜਾ ਕੇਸ ਰਜਿਸਟਰ ਕਰਕੇ ਦੋਸ਼ੀ ਨੂੰ ਜਿਹੜਾ ਭੀਮ ਠਕੁਰਾਲ ਨੂੰ ਗ੍ਰਿਫਤਾਰ ਕਰ ਲਿਆ। ਸਰ, ਇਹ ਕੀ ਟਰਾਂਸਪੋਰਟ ਦਾ ਕੰਮ ਕਰਦਾ ਸੀ, ਇਹਨਾਂ ਕੋਈ ਲਾਇਸੈਂਸ ਹੈਗਾ ਸੀਗਾ, ਇਹ ਮੈਡੀਕਲ ਦਾ ਵੀ ਕੰਮ ਕਰਦਾ ਸੀ ਜਾਂ ਕੀ ਸੀ? ਜੀ, ਇਹ ਦੋਸ਼ੀ ਜਿਹੜਾ ਭੀਮ ਠਕੁਰਾਲ ਹੈ ਇਹਦੇ ਪਾਸ ਕੋਈ ਵੀ ਮੈਡੀਸਿਨਸ ਰੱਖਣ ਦਾ ਜਾਂ ਕੋਈ ਵੀ ਮੈਡੀਸਿਨ ਕੋਈ ਕੈਮਿਸਟ ਦਾ ਕੋਈ ਵੀ ਲਾਇਸੈਂਸ ਨਹੀਂ ਹੈ। ਬੇਸਿਕਲੀ ਇੱਕ ਟਰੱਕ ਵਗੈਰਾ ਚਲਾਉਂਦਾ, ਇਹਨੇ ਟਰਾਂਸਪੋਰਟ ਬਣਾਈ ਆਪਣੀ ਠਕੁਰਾਲ ਟਰਾਂਸਪੋਰਟ ਦੇ ਨਾਮ ਤੋਂ, ਅਤੇ ਆਪਣੇ ਘਰ ਦੇ ਨਾਲ ਸਿਟੀ ਰੋਡ ਰੇਲਵੇ ਰੋਡ ਮੱਖੂ ਦੇ ਉੱਪਰ ਹੀ ਇਹਨੇ ਸਟੋਰ ਬਣਾਇਆ ਹੋਇਆ ਸੀ। ਇਹ ਇੱਥੋਂ ਆਪਣੇ ਇਸ ਸਟੋਰ ਵਿੱਚ ਕੰਟੇਨਰ ਕਿ ਮੇਰਾ ਟਰਾਂਸਪੋਰਟ ਦਾ ਸਮਾਨ ਆਇਆ, ਇਹ ਕੰਟੇਨਰ ਅੱਗੋਂ ਵੱਡੇ ਵੱਡੇ ਜਿਹੜੇ ਗੱਤੇ ਦੇ ਡੱਬੇ ਹੈਗੇ ਨੇ, ਅੱਗੋਂ ਫਿਰ ਤਰਨ ਤਾਰਨ ਫਿਰੋਜ਼ਪੁਰ ਮੋਗਾ ਇੱਥੇ ਜਿਹੜੀ ਆ ਇਹ ਵਾਰੀ ਪ੍ਰੈਗਾਬਲਿਨ ਜਿਹੜੀ ਦਵਾਈ ਆ ਇਹ ਜਿਹੜੀ ਨਸ਼ੇ ਵਾਸਤੇ ਯੂਜ਼ ਕੀਤੀ ਜਾ ਰਹੀ ਫਰਦਰ ਇਹ ਸਪਲਾਈ ਕਰਦਾ ਸੀ। ਅਤੇ ਇਹ ਵਾਲੀ ਡਰੱਗ ਹੈ ਜਿਹੜੀ ਇਹ ਲੇਬਰ ਕਲਾਸ ਅਤੇ ਹੋਰ ਜਿਹੜੀ ਹੈਗੀ ਆ ਅਡਿਕਟਸ ਨੇ ਉਹ ਇਹਨੂੰ ਯੂਜ਼ ਕਰਦੇ ਨੇ। ਜੋ ਮੈਡੀਕਲ ਸਾਇੰਸ ਦੇ ਵੱਲੋਂ ਇਹ ਦੱਸਿਆ ਜਾ ਰਿਹਾ ਕਿ ਇਹਦੀ ਜਿਹੜੀ ਜਿਸ ਤਰ੍ਹਾਂ ਜਿਹੜੀ ਰਿਕਵਰਡ ਜਿਹੜੀ ਆ ਹੈਗੀ ਨੇ ਇੱਕ ਮਿਕਦਾਰ ਹੈ ਇਹਦੇ ਵਿੱਚ ਇਹਨੇ ਲਗਭਗ ਇਹਦੀ ਜਿਹੜੀ ਹੈਗੀ ਆ ਮਿਲੀਗ੍ਰਾਮ ਜਿਹੜੀ ਹੈਗੀ ਆ ਉਹ 300 ਮਿਲੀਗ੍ਰਾਮ 400 ਮਿਲੀਗ੍ਰਾਮ ਦੀਆਂ ਸਟ੍ਰਿਪਸ ਨੇ ਇਹਦੇ ਕੋਲੋਂ। ਨੋਰਮਲੀ ਜਿਹੜੇ ਡਾਕਟਰ ਸਾਹਿਬ ਨੇ ਉਹ 50 ਮਿਲੀਗ੍ਰਾਮ ਜਾਂ ਮੈਕਸੀਮਮ 100 ਮਿਲੀਗ੍ਰਾਮ ਦੀ ਡੋਜ਼ ਦਿੰਦੇ ਨੇ। ਸੋ ਜ਼ਿਆਦਾ ਹੈਵੀ ਸਟਰੋਂਗ ਡੋਜ਼ ਦੇ ਵਜੋਂ ਇਹਨੇ ਸਟੋਰ ਕੀਤੀਆਂ ਨੇ,
ਅਤੇ ਯੂਥ ਦੇ ਵਿੱਚ ਇਹ ਸੀ, ਤਾਂ ਸੋਸ਼ਲ ਕੋਜ਼ ਨੂੰ ਲੈਂਦੇ ਹੋਏ ਅਸੀਂ ਜਿਹੜਾ ਇਸ ਚੀਜ਼ ਨੂੰ ਅਸੀਂ ਦੋਨਾਂ ਯੂਨਿਟਸ ਵੱਲੋਂ ਸਾਂਝਾ ਓਪਰੇਸ਼ਨ ਕੀਤਾ ਗਿਆ। ਸਰ ਅੱਗੋਂ ਵੀ ਜਾਂਚ ਕਰ ਰਹੇ ਹੈਗੇ ਕਿ ਇਹ ਕਿੱਥੋਂ ਲੈ ਕੇ ਆਉਂਦਾ ਹੈਗਾ ਸੀਗਾ ਔਰ ਇਹ ਕਦੋਂ ਤੋਂ ਇਹ ਕੰਮ ਕਰ ਰਹੇ ਜੀ? ਇਹਦੇ ਵਿੱਚ ਜਿਹੜੀਆਂ ਜਿਹੜੀ ਉਹਦੇ ਵਿੱਚ ਸਾਰਾ ਐਡਰੈਸ ਹੈ, ਜਿਹੜੀ ਫਾਰਮਾਸੂਟੀਕਲਸ ਕੰਪਨੀਜ਼ ਨੇ ਉਹ ਅਸੀਂ ਜਿਹੜੇ ਡਰੱਗ ਕੰਟਰੋਲ ਆਫਿਸਰਸ ਨੇ ਉਹਨਾਂ ਦੇ ਨਾਲ ਸਾਂਝੇ ਤੌਰ 'ਤੇ ਅਸੀਂ ਉਹਨਾਂ ਕੰਪਨੀਜ਼ ਤੱਕ ਵੀ ਉਹਨਾਂ ਨੂੰ ਵੀ ਸਮਨਿੰਗ ਕਰਾਂਗੇ, ਅਤੇ ਜਿਹੜਾ ਦੋਸ਼ੀ ਨੂੰ ਅਸੀਂ ਅੱਜ ਹਿਰਾਸਤ ਵਿੱਚ ਅੱਜ ਕੋਰਟ ਮਾਨਜੋ ਕੋਰਟ ਵਿੱਚ ਪੇਸ਼ ਕਰਕੇ ਇੱਦਾਂ ਰਿਮਾਂਡ ਲੈ ਕੇ ਜਿਹੜਾ ਅੱਗੋਂ ਤਫਤੀਸ਼ ਜਿਹੜੀ ਉਹ ਜਾ ਰਹੀ ਜੀ। ਇਹ ਨਸ਼ੇ ਵਿੱਚ ਯੂਜ਼ ਕੀਤਾ ਜਾ ਰਿਹਾ ਇਹ ਪ੍ਰੈਗਾਬਲਿਨ ਨੂੰ, ਇਹ ਡਰੱਗ ਜਿਹੜੀ ਆ ਅਦਰਵਾਈਜ਼ ਜਿਹੜੀ ਆ NDPS ਐਕਟ ਦੇ ਵਿੱਚ ਨਹੀਂ ਆਉਂਦੀ ਜੀ। ਇਸ ਤਰ੍ਹਾਂ ਦੀ ਅਜੇ ਫਿਲਹਾਲ ਸਾਡੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਜੀ। ਅਜੇ ਹਿਰਾਸਤ ਵਿੱਚ ਹੈ, ਕੱਲ੍ਹ ਰਾਤ ਹੀ ਕਾਰਵਾਈ ਹੋਈ ਹੈ, ਸਾਰੀ ਡਿਟੇਲ ਇਹਦੇ ਕੋਲੋਂ ਅਗਲੀ ਮਜ਼ੀਦ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ STF ਦੀ ਟੀਮ ਕੋਲ ਕੋਈ ਇਨਫੋਰਮੇਸ਼ਨ ਮਿਲੀ ਸੀ ਉਹਨਾਂ ਨੂੰ, ਤਾਂ ਉਹਨਾਂ ਨੇ ਮੇਰੇ ਨਾਲ ਕੰਟੈਕਟ ਕੀਤਾ ਅਤੇ ਫਿਰ ਅਸੀਂ ਜੁਆਇੰਟਲੀ ਮਖੂ ਗਏ ਹੈ। ਮਖੂ ਇੱਕ ਭੀਮ ਕੁਮਾਰ ਟੁਕਰਾਲ ਨਾਮ ਦਾ ਪਰਸਨ ਸੀ ਜਿਹਦੇ ਘਰੋਂ ਉਹਨਾਂ ਨੂੰ ਇਨਫੋਰਮੇਸ਼ਨ ਸੀਗੀ ਵੀ ਰਿਕਵਰੀ ਹੋ ਸਕਦੀ ਹੈ। ਅਸੀਂ ਉਹਦੇ ਘਰ ਗਏ ਹਾਂ, ਉੱਥੇ ਸਾਨੂੰ ਟਰਾਮਾਡੋਲ ਦੀ ਰਿਕਵਰੀ ਵੀ ਹੋਈ ਔਰ ਪ੍ਰੀਗਾਬਲਿਨ ਕੈਪਸੂਲਸ ਜੋ ਕਿ ਬਿਨਾਂ ਲਾਇਸੈਂਸ ਔਰ ਬਿਨਾਂ ਪਰਚੇਜ਼ ਬਿਲਸ ਰੱਖ ਰਿਹਾ ਸੀਗਾ। ਇਸ ਲਈ ਡਰੱਗ ਦੀ ਕਾਰਵਾਈ ਅਸੀਂ ਅਲੱਗ ਕੀਤੀ ਔਰ NDPS ਦੀ ਕਾਰਵਾਈ ਜੋ STM ਟੀਮ ਵੱਲੋਂ ਕੀਤੀ ਗਈ ਹੈ। ਘਰ ਉਹਨਾਂ ਕੋਲੋਂ ਜੋ ਪ੍ਰੀਗਾਬਲਿਨ ਔਰ ਗਾਬਾਪੈਂਟਿਨ ਦੇ ਜੋ ਕੈਪਸੂਲ ਸੀ ਤਕਰੀਬਨ 1 ਲੱਖ ਕੈਪਸੂਲ ਘਰੋਂ ਬਰਾਮਦ ਹੋਇਆ ਜਿਹਦੀ ਅਮਾਊਂਟ 30 ਲੱਖ ਦੇ ਆਸ ਪਾਸ ਹੈਗੀ ਹੈ। ਔਰ ਜੋ ਉਸ ਤੋਂ ਬਾਅਦ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਉਹਦਾ ਇੱਕ ਗਦਾਊਨ ਵੀ ਹੈ, ਫਿਰ ਅਸੀਂ ਉਸਦੀ ਗਦਾਊਨ 'ਤੇ ਵਿਜ਼ਿਟ ਕੀਤਾ ਤਾਂ ਗਦਾਊਨ 'ਤੇ ਕਾਫੀ ਜ਼ਿਆਦਾ ਅਮਾਊਂਟ ਵਿੱਚ ਹਿਊਜ ਕੁਆਂਟਿਟੀ ਵਿੱਚ ਪ੍ਰੀਗਾਬਲਿਨ ਅਵੇਲੇਬਲ ਸੀਗੀ ਜੋ ਕਿ ਵਿਦਆਊਟ ਲਾਇਸੈਂਸ ਔਰ ਵਿਦਆਊਟ ਪਰਚੇਜ਼ਬਲ ਸੀ। ਉਹ ਤਕਰੀਬਨ 8,72,000 ਕੈਪਸੂਲ ਸੀਗੀ ਉੱਥੇ, ਜਿਹਦੀ ਅਮਾਊਂਟ ਲਗਭਗ ਹੈਗੀ ਹੈ 2,46,00,000 ਦੇ ਆਸ ਪਾਸ ਹੈਗੀ ਹੈ। ਹਜੇ ਪੁਲਿਸ ਡਿਪਾਰਟਮੈਂਟ STF ਡਿਪਾਰਟਮੈਂਟ ਤੋਂ ਰਿਮਾਂਡ ਲੈ ਕੇ ਉਹਨਾਂ ਤੋਂ ਸਾਰੀ ਇਨਫੋਰਮੇਸ਼ਨ ਲਏਗਾ, ਕਲੈਕਟ ਕਰੇਗਾ। ਤਾਂ ਮੈਮ ਦੱਸਿਆ ਜਾ ਰਿਹਾ ਕਿ ਕਿਸੇ ਆਮ ਆਦਮੀ ਪਾਰਟੀ ਦਾ ਨਹੀਂ, ਇਹਦੇ ਬਾਰੇ ਮੈਨੂੰ ਇਸ ਬਾਰੇ ਕੋਈ ਨੌਲੇਜ ਨਹੀਂ ਹੈ। ਕੀ ਕਾਰਵਾਈ ਕੀਤੀ ਜਾ ਰਹੀ? ਸਾਡੇ ਵੱਲੋਂ ਆਪਣੀ ਡਰੱਗ ਐਕਟ ਵਿੱਚ ਜੋ ਵੀ ਬਿਨਾਂ ਲਾਇਸੈਂਸ ਦੇ ਜੋ ਕਾਰਵਾਈ ਬਣਦੀ ਹੈ ਉਹ ਸਾਡੇ ਵੱਲੋਂ ਕੀਤੀ ਜਾਏਗੀ। ਤਾਂ ਉਹ ਸੀਲ ਕਰ ਦਿੱਤਾ ਗਿਆ, ਅਰੈਸਟ ਹੈ? ਉਹ ਅਰੈਸਟਡ ਹੈ ਪਰਸਨ, ਉਹ STF ਟੀਮ ਵੱਲੋਂ ਅਰੈਸਟਡ ਹੈ। ਤਾਂ ਇਹ ਟਰੱਕ 'ਤੇ ਮਾਲ ਜਾ ਰਿਹਾ ਲਾਈਫ ਉਸ ਤੋਂ ਬਾਅਦ ਲੈ ਕੇ ਕਿਵੇਂ? ਨਹੀਂ, ਕੌਣ ਮਾਲ ਜਿਹੜਾ ਟਰੱਕ 'ਤੇ ਲੈ ਕੇ ਆ ਰਹੇ ਸਰ ਤੁਸੀਂ? ਹਾਂ, ਅਸੀਂ ਆਪਣੇ ਕੋਲ ਲਿਆ ਹੀ ਆਪਣਾ ਮਾਲ, ਜੋ ਬੋਕਸਿਸ ਜੋ ਸਾਡੇ ਰਿਕਵਰੀ ਸੀ ਉਹ ਅਸੀਂ ਆਪਣੇ ਕੋਲ ਲਿਆਂਦੀ ਹੈ, ਜੋ ਟਰਾਮਾਡੋਲ ਦੀ ਰਿਕਵਰੀ ਸੀ ਉਹ STF ਕੋਲ ਹੈ, ਉਹ ਅਸੀਂ ਹੁਣ ਕੋਰਟ ਵਿੱਚ ਪੇਸ਼ ਕਰਕੇ ਉਸ ਤੋਂ ਬਾਅਦ ਜੋ ਸਾਡੀ ਆਪਣੀ ਡਰੱਗ ਦੀ ਕਾਰਵਾਈ ਹੈ ਉਹ ਹੀ ਕਰਾਂਗੇ।